ਅਸਲਾਮੁਆਲਿਕਮ ਸਿਆਸੀ ਦੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ فرمਾਈ ਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕਿਆ ਹਾਂ ਯਕੀਨ ਕਰੋ ਕਿ ਮੈਂ ਹਰ ਪਾਸੇ ਰੰਦਾ ਜਿਹੜਾ ਉਹ ਸ਼ਾਰੀ ਫੇਰੀ ਜਾਂਦੇ ਨੇ ਔਰ ਜਿਸ ਤਰ੍ਹਾਂ ਅਸੀਂ ਤੁਹਾਨੂੰ ਕਹਿ ਚੁੱਕੇ ਹਾਂ ਕਿ ਮੀਆਂ ਨਵਾਸ਼ੀਫ ਸਾਹਿਬ ਦੀ ਵਤਨ ਵਾਪਸੀ ਦਾ ਐਲਾਨ ਹੋ ਚੁੱਕਿਆ ਔਰ ਮੀਆਂ ਨਵਾਜ਼ ਸ਼ਰੀਫ ਸਾਹਿਬ 21 ਅਕਤੂਬਰ ਨੂੰ ਪਾਕਿਸਤਾਨ ਪਹੁੰਚ ਰਹੇ ਨੇ 21 ਅਕਤੂਬਰ ਨੂੰ ਪਾਕਿਸਤਾਨ ਪਹੁੰਚ ਰਹੇ ਨੇ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਇਸ ਗੱਲ ਦਾ ਅਸੀਂ ਪਹਿਲੇ ਵੀ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਵੀ ਐਲਾਨ ਕਰ ਚੁੱਕੇ ਹਾਂ ਤੇ ਹੁਣ ਵੀ ਅਸੀਂ ਤੁਹਾਨੂੰ ਦੁਬਾਰਾ ਇਹ ਦੱਸ ਰਿਹਾ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ 21 ਅਕਤੂਬਰ ਨੂੰ ਲਾਹੌਰ 에ਅਰਪੋਰਟ ਤੇ ਪਾਕਿਸਤਾਨ ਦੇ ਵਿੱਚ ਤਸ਼ਰੀਫ ਲਾ ਰਹੇ ਨੇ ਤੇ ਤਿਆਰੀਆਂ ਜ਼ੈਰੀ ਗੱਲ ਹੈ ਅੱਜ ਤੋਂ ਸ਼ੁਰੂ ਹੋ ਜਾਣਗੀਆਂ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਤਹਿਸੀਲ ਦੇ ਵਿੱਚ ਯੂਨੀਅਨ ਕਾਉਂਸਲ ਲੈਵਲ ਤੱਕ ਤਿਆਰੀਆਂ ਦਾ ਇੰਤਜ਼ਾਮ ਜਿਹੜਾ ਉਹ ਸ਼ੁਰੂ ਹੋ ਜਾਏਗਾ ਤੇ ਇਹ ਬਹੁਤ ਵੱਡੀ ਖਬਰ ਹੈ ਪਾਕਿਸਤਾਨ ਵਾਸਤੇ ਔਰ ਅਸੀਂ ਸਮਝਨੇ ਆ ਕਿ ਪਾਕਿਸਤਾਨ ਨੂੰ ਮੀਆਂ ਨਵਾਸ਼ਿਫ ਸਾਹਿਬ ਦੀ ਜ਼ਰੂਰਤ ਹੈ ਉਹ ਤਜਰਬਾਕਾਰ ਸਿਆਸਤਦਾਨ ਹੈ ਔਰ ਤਿੰਨ ਦਫਾ ਉਹਨੇ ਪਾਕਿਸਤਾਨ ਦੀ ਜਿਹੜੀ ਹਾਲਤ ਸੀ ਉਹ ਠੀਕ ਕਰਕੇ ਵਾਈਏ ਤਜਰਬਾ ਬੋਲਦਾ ਤੇ ਸਾਡੀਆਂ ਦੁਆਵਾਂ ਮੀਆਂ ਸਾਹਿਬ ਦੇ ਨਾਲ ਨੇ ਔਰ ਸਾਡੀ ਆਏ ਅਸੀਂ ਇਸ ਗੱਲ ਸਮਝਨੇ ਆ ਕਿ ਮੀਆਂ ਨਵਾਜ਼ ਸ਼ਰੀਫ ਤੋਂ ਇਲਾਵਾ ਕੋਈ ਐਸਾ ਲੀਡਰ ਇਸ ਵਕਤ ਮੌਜੂਦ ਨਹੀਂ ਜਿਹੜਾ ਪਾਕਿਸਤਾਨ ਜਿੰਨ ਮਸਾਇਲ ਦਾ ਸ਼ਿਕਾਰ ਕਰ ਦਿੱਤਾ ਗਿਆ ਪਿਛਲੇ 5-6 ਸਾਲਾਂ ਦੇ ਵਿੱਚ ਉਹਨਾਂ ਮਸਾਇਲ ਦੇ ਵਿੱਚੋਂ ਕੱਢੇ ਇੱਕੋ ਹੀ ਬੰਦਾ ਨਜ਼ਰ ਆਉਂਦਾ ਮੀਆਂ ਨਵਾਜ਼ ਸ਼ਰੀਫ ਸਾਹਿਬ ਤੇ 1 ਅਕਤੂਬਰ ਨੂੰ ਮੀਆਂ ਸਾਹਿਬ ਪਾਕਿਸਤਾਨ ਲਾਹੌਰ 에ਰਪੋਰਟ ਤੇ ਪਹੁੰਚ ਰਹੇ ਨੇ ਬਹੁਤ ਵੱਡੀ ਖਬਰ ਹੈ ਅੱਛਾ ਜੀ ਖਬਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਇਸ ਤੋਂ ਪਹਿਲੇ ਕਿਸੇ ਗੱਲ ਟੁਰੀਏ ਸਾਰੇ ਮਿੱਠੇ ਜਿਹੜੇ ਨੇ ਸਬਸਕ੍ਰਾਈਬ ਕਰ ਲਓ ਔਰ ਲਾਈਕ ਦਾ ਬਟਨ ਜ਼ਰੂਰ ਦਬਾਣਾ ਜਿੰਨੇ ਵੀ ਤੁਸੀਂ ਵੀਡੀਓ ਵੇਖਦੇ ਹੋ ਲਾਈਕ ਦਾ ਬਟਨ ਜਿਹੜਾ ਉਹ ਤੁਸੀਂ ਜ਼ਰੂਰ ਦਬਾਣਾ ਹੈ ਔਰ ਅੱਗੇ ਸ਼ੇਅਰ ਵੀ ਕਰਨੀ ਹੈ ਗਰੁੱਪਾਂ 'ਚ ਜਿੱਥੇ-ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਉਹ ਸ਼ੇਅਰ ਵੀ ਤੁਸੀਂ ਕਰਿਆ ਕਰੋ ਤੇ ਖਬਰਾਂ ਜਿਹੜੀਆਂ ਨੇ ਵੱਡੇ ਤਹਿਲਕੇ ਨੇ ਇਹ 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 ਪੂਰੀ ਹੈ ਪੂਰੀ ਵੀਡੀਓ ਦੇ ਵਿੱਚ ਤਵੱਜੋ ਤੁਹਾਡੀ ਪੂਰੀ ਮਿਠਾ ਜੀ ਚਾਹੀਦੀ ਹੈ ਫੌਜ ਤੇ ਹਮਲੇ ਨਿਆਜ਼ੀ 10 ਕੇਸਾਂ ਦੇ ਵਿੱਚ ਮੁਜਰਮ ਕਰਾਰ ਬਹੁਤ ਵੱਡੀ ਖਬਰ ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਫੌਜ 9 ਮਈ ਫੌਜ ਤੇ ਹਮਲੇ ਨਿਆਜ਼ੀ 10 ਕੇਸਾਂ ਦੇ ਵਿੱਚ ਮੁਜਰਮਕਰਾਰ ਮਤਲਬ ਜੀਆਈਟੀ ਬਣੀ ਹੈ ਜਿੰਨੇ ਵੀ ਪਰਚੇ ਦਰਜ ਨੇ Imran Khan ਸਾਹਿਬ ਦੇ ਖਿਲਾਫ 9 ਮਈ ਪਾਕਿਸਤਾਨ ਤੋੜਨ ਦੇ ਹਵਾਲੇ ਦੇ ਨਾਲ ਫੌਜ ਤੇ ਹਮਲਿਆਂ ਦੇ ਹਵਾਲੇ ਦੇ ਨਾਲ ਪਾਕਿਸਤਾਨ ਦਾ ਤੜਨ ਤਖਤਾ ਕਰਨ ਦੇ ਹਵਾਲੇ ਦੇ ਨਾਲ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਮੈਂ ਬਾਰ ਬਾਰ ਕਹਿੰਦਾ ਕਿ ਜੇ 9 ਮਈ ਨੂੰ ਅਸੀਂ ਨਹੀਂ ਛੇੜਿਆ ਤੇ ਅੱਜ ਮੈਂ 9 ਮਈ ਨੂੰ ਤੁਹਾਡੇ ਸਾਹਮਣੇ ਛੇੜ ਕੇ ਜਿਹੜੀ ਅਸਲ ਤਸਵੀਰ ਹੈ ਉਹਦੇ ਵਿੱਚੋਂ ਨਿਕਲਦੀ ਪਈ ਅੱਜ ਮੈਂ ਤੁਹਾਨੂੰ ਉਹ ਦੱਸਣੀ ਹੈ ਔਰ ਇਹਦੇ ਉੱਤੇ ਹੀ ਸਜ਼ਾ ਜਿਹੜੀ ਹੋਣੀ ਹੈ ਕਿੰਨੀ ਹੋਣੀ ਹੈ ਇਹ ਚਲੋ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਉਸ ਪਾਸੇ ਅਸੀਂ ਹੁਣ ਟੁਰ ਪਏ ਆ 9 ਮਈ ਵਾਲੇ ਪਾਸੇ ਮਤਲਬ ਤਰਾ 4 ਮਹੀਨੇ ਤੇ ਹੋ ਹੀ ਗਏ ਨੇ ਨਾ ਤੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਸੀ ਸਬੂਤ ਇਕੱਠੇ ਕੀਤੇ ਜਾ ਰਹੇ ਸੀ ਅੰਦਰੋਂ ਬਾਹਰੋਂ ਹੇਠੋਂ ਉੱਤੋਂ ਤੇ ਉਹ ਸਾਰਾ ਕੁਝ ਜਿਹੜਾ ਉਹ ਇਕੱਠਾ ਹੋ ਗਿਆ ਤੇ 10 ਕੇਸਾਂ ਦੇ ਵਿੱਚ ਮੁਜਰਮ ਕਰਾਰ ਦੇ ਦਿੱਤਾ ਗਿਆ ਇਹ ਕੀ ਮਾਮਲਾ ਹੈ ਇਹ ਕਿਹੜੇ ਕੇਸ ਨੇ ਕੀ ਚਖੜ ਇਹ ਮੈਂ ਤੁਹਾਨੂੰ ਦੱਸਣਾ ਅੱਗੇ ਆਜੋ ਸ਼ੇਖ ਰਸ਼ੀਦ ਬਹੁਤ ਵੱਡਾ ਤਹਿਲਕਾ ਇਥੇ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਸ਼ੇਖ ਰਸ਼ੀਦ ਨਿਆਜ਼ੀ ਔਰ ਪੀਰਨੀ ਦੇ ਖਿਲਾਫ ਗਵਾਹ ਬਣ ਗਿਆ ਐ ਨਮਰ ਰੌਲਾ ਨਹੀਂ ਜੇ ਪੈ ਗਿਆ ਸ਼ੇਖ ਰਸ਼ੀਦ ਤੁਹਾਨੂੰ ਪਤਾ ਨਾ ਕਿੱਥੇ ਸ਼ੇਖ ਰਸ਼ੀਦ ਇਸ ਵਕਤ ਜਿਹੜੇ ਉਹ ਸੈਂਟਰਲ ਏਸ਼ੀਆ ਦੇ ਕੰਟਰੀ ਨੇ ਮੁਲਕ ਨੇ ਇਹ ਤਾਜਿਕਿਸਤਾਨ, ਉਜ਼ਬਕਿਸਤਾਨ, ਤੁਰਕਮਾਨਿਸਤਾਨ ਇਹ ਜਿਹੜੇ ਇਹ ਇਹ ਜਿਹੜੇ ਇਹ ਇੱਕ ਮੁਲਕ ਨੇ ਚਾਰ ਪੰਜ ਇਹਨਾਂ ਦੇ ਵਿੱਚ ਘੁੰਮਦਾ ਪਿਆ ਇਹ ਅੱਗੇ ਤੁਹਾਨੂੰ ਸਿੱਧਾ ਚੁਕੇ ਆ ਉੱਥੇ ਮਨ ਜਿਹੜਾ ਉਹਨੇ ਕੁੜੀਆਂ ਮੰਗਾਈਆਂ ਅਸੀਂ ਦੁਬਈੋਂ ਹੋਟਲ ਦੀ ਲੜਾਈ ਇਹ ਵੀ ਤੁਹਾਨੂੰ ਸਿੱਧੇ ਦੋ ਹਫ਼ਤੇ ਪਹਿਲੇ ਦੱਸ ਚੁਕੇ ਆ ਸਾਰਾ ਕੁਝ ਸ਼ੇਖ ਰਸ਼ੀਦ ਨਿਆਜ਼ੀ ਔਰ ਪੀਰਨੀ ਦੇ ਖਿਲਾਫ ਗਵਾ ਬਣ ਗਿਆ ਇਹ ਕੀ ਚੱਕਰ ਹੈ ਵੱਡਾ ਖਤ ਜਿਹੜਾ ਉਹ ਲਿਖ ਮਾਰਿਆ ਔਰ ਔਰ ਬਿਲਕੁਲ ਖਤਮ ਹੋਇਆ ਪਿਆ ਸ਼ੇਖੂ ਅੱਗੇ ਤੁਸੀਂ ਆ ਜਾਓ ਉਸਮਾਨ ਧਾਰ ਦਾ ਭਾਈ ਜਿਹੜਾ ਉਹਨੇ ਪੀਰਨੀ ਤੇ ਬੜਾ ਗੰਦਾ ਇਲਜ਼ਾਮ ਲਾ ਦਿੱਤਾ ਉਸਮਾਨ ਧਾਰ ਸਿਹਾਲ ਘੋਟ ਵਾਲਾ ਉਹਦਾ ਭਰਾ ਜਿਹੜਾ ਅਲੀ ਧਾਰ ਉਹਨੇ ਬੜਾ ਵੱਡਾ ਇਲਜ਼ਾਮ ਲਾ ਦਿੱਤਾ ਪਿੰਕੀ ਪੀਰਨੀ ਤੇ ਇਹ ਕੀ ਮਾਮਲਾ ਹੈ ਇਹ ਤੁਹਾਨੂੰ ਮੈਂ ਦੱਸਣਾ ਅੱਗੇ ਆ ਜਾਓ ਜਨਾਬ 875 ਸਮਗਲਰ ਗ੍ਰਿਫਤਾਰ 875 ਸਮਗਲਰ ਗ੍ਰਿਫਤਾਰ ਇਹ ਇੱਕ ਦਿਨ ਦੀ ਕਾਰਵਾਈ ਹੈ ਇੱਕ ਦਿਨ ਦੀ ਅੱਜ ਦੀ ਰਾਤ guzri ਹੈ ਨਾ ਇਸ ਰਾਤ ਦੀ ਕਾਰਵਾਈ ਹੈ 875 ਸਮਗਲਰ ਗ੍ਰਿਫਤਾਰ ਇਹ ਕਿਸ ਚੀਜ਼ ਦੇ ਸਮਗਲਰ ਨੇ ਇਹ ਸਾਰਾ ਚੱਕਰ ਜਿਹੜਾ ਇਹ ਮੈਂ ਤੁਹਾਡੇ گوش-ਗੁਜ਼ਾਰ ਕਰਨਾ ਪਹਿਲੀ ਖਬਰ ਤੇ ਆ ਜਾਓ ਫੌਜ ਤੇ ਹਮਲੇ ਨਿਆਜ਼ੀ 10 ਕੇਸਾਂ ਦੇ ਵਿੱਚ ਮੁਜਰਮ ਕਰਾਰ ਤੁਹਾਨੂੰ ਪਤਾ ਹੈ 9 ਮਈ ਦੇ ਵਾਕਿਆਤ ਦੇ ਹਵਾਲੇ ਦੇ ਨਾਲ ਕਈ ਲੋਕ ਗ੍ਰਿਫਤਾਰ ਨੇ ਇਨਕੁਆਰੀਆਂ ਵੀ ਚੱਲ ਰਹੀਆਂ ਨੇ ਜੀਓਫੈਂਸਿੰਗ ਵੀ ਚੱਲ ਰਹੀ ਹੈ ਗ੍ਰਿਫਤਾਰੀਆਂ ਵੀ ਚੱਲ ਰਹੀਆਂ ਨੇ ਕਈ ਛੁੱਪ ਗਏ ਨੇ ਕਈ ਨਸ ਗਏ ਨੇ ਕਈ ਬਾਰਡਰ ਕਰਾਸ ਕਰ ਗਏ ਨੇ ਕਈ ਕਰਾਚੀ 'ਚ ਬੈਠੇ ਨੇ ਕਈ ਸਿੰਧ 'ਚ ਬੈਠੇ ਨੇ ਕਈ ਲੋਕ ਅਜੇ ਕਿਉਂਕਿ 34-35 ਹਜ਼ਾਰ ਬੰਦਾ ਉਸ ਦਿਨ ਨਿਕਲਿਆ ਸੀ ਜਿਨ੍ਹਾਂ ਨੇ ਮਾਰਤਾੜ ਕੀਤੀ ਸੀ ਰਾਸਤੇ ਪਾਕਿਸਤਾਨ ਦੇ ਖਿਲਾਫ ਇਮਰਾਨ ਖਾਨ ਦੀ ਕਾਲ ਦੇ ਉੱਤੇ 34 35000 ਬੰਦਾ ਉਹ 34 35000 ਬੰਦੇ ਦੇ ਵਿੱਚੋਂ ਗ੍ਰਸਤਾਰ ਅਜੇ ਸਿਰਫ 3400 ਹੋਇਆ ਨਿਸ਼ਾਨਦਈ ਜਿਹੜੀ ਉਹ 10000 ਦੀ ਹੋਈ ਹੈ ਉਸ 10000 ਦੇ ਵਿੱਚੋਂ ਵੀ 3000 3500 ਫੜੇ ਆ ਇਹ ਅਸੀਂ 35000 ਪੂਰਾ ਫੜਨਾ ਹੈ ਨਾ ਜੀ ਠੀਕ ਹੋ ਗਿਆ ਇਹ ਹੁਣ ਇਮਰਾਨ ਖਾਨ ਸਾਹਿਬ 10 ਕੇਸਾਂ ਦੇ ਵਿੱਚ ਮੁਜਰਮ ਕਿਵੇਂ اقرار ਪਾਏ ਗਏ ਨੇ ਇਹ ਮੈਂ ਤਾਂ ਦੱਸਣਾ ਚਾਹਾਂਗਾ ਬਹੁਤ ਵੱਡੀ ਜੀਆਈਟੀ ਜਿਹੜੀ ਹੈ ਉਹ ਤਸ਼ਕੀਲ ਦਿੱਤੀ ਗਈ ਰਸਤੇ ਪਾਕਿਸਤਾਨ ਦੀ ਤਰਫ। ਔਰ ਇਮਰਾਨ ਖਾਨ ਦੇ ਖਿਲਾਫ 14 ਮੁਕਦਮਾ ਦਰਜ ਸੀ 9 ਮਈ ਦੇ ਹਮਲਿਆਂ ਦੇ ਹਵਾਲੇ ਦੇ ਨਾਲ। ਮੁختلف ਸ਼ਹਿਰਾਂ 'ਚ। ਮੇਰੇ ਖਿਆਲ ਨਾਲ 6 ਮੁਕਦਮੇ ਲਾਹੌਰ 'ਚ ਸੀ, 4 ਰਾਵਲਪਿੰਡੀ ਦੇ ਵਿੱਚ ਸੀ, ਕੁਝ ਗੁਜਰਾਵਾਲਾ ਦੇ ਵਿੱਚ ਸੀ, ਕੁਝ ਮੀਆਂਵਾਲੀ ਦੇ ਵਿੱਚ ਸੀ, ਇਸ ਤਰ੍ਹਾਂ ਕਰਕੇ ਕੁ 14 ਮੁਕਦਮਾਤ ਸੀ। ਜਿਹੜੇ 9 ਮਈ ਦੇ ਹਮਲਿਆਂ ਦਾ ਜਿਹੜਾ ਮੁਲਜ਼ਮ ਸੀ ਉਹਦੇ ਯਾਨੀ ਕਿ ਜਿਹਦੇ ਤੇ ਸ਼ੱਕ ਸੀ ਕਿ Imran Khan ਜਿਹੜਾ ਇਹ ਡਾਇਰੈਕਟਲੀ ਇਹ ਸਾਰੇ ਚੱਕਰ ਦੇ ਵਿੱਚ ਸ਼ਾਮਲ ਹੈ ਉਹ 14 ਮੁਕਦਮਾ ਸੀ ਜੀਆਈਟੀ ਬਣਦੀ ਹੈ ਔਰ ਜੀਆਈਟੀ ਉਸ ਦਿਨ ਤੋਂ ਜਿਸ ਦਿਨ ਦੀ ਇਹ ਬਣੀ ਹੈ 9 ਮਈ ਦੇ ਵਾਕਿਆਤ ਤੋਂ ਬਾਅਦ ਉਹ ਜੀਆਈਟੀ ਤੜਾ ਤੜ ਆਪਣਾ ਕੰਮ ਜਿਹੜਾ ਉਹ ਕਰ ਰਹੀ ਸੀ ਖਮੋਸ਼ੀ ਦੇ ਨਾਲ ਹੁਣ ਉਸ ਜੀਆਈਟੀ ਦੀ ਰਿਪੋਰਟ ਜਿਹੜੀ ਉਹ ਆਉਂਦੀ ਹੈ ਉਹਨਾਂ ਦੇ ਮੁਤਾਬਕ 10 ਮੁਕਦਮਾ ਜਿਹੜੇ ਨੇ ਉਹਨਾਂ ਦੇ ਵਿੱਚ ইমরান ਖਾਨ ਬਜ਼ਾਤੇ ਖੁਦ ਮਲਵਸ ਪਾਇਆ ਗਿਆ। ਔਰ ਮੁਜਰਮ ਕਰਾਰ ਦੇ ਦਿੱਤਾ ਗਿਆ ਜੀਏਟੀ ਦੀ ਤਰਫ। ਬਜ਼ਾਤੇ ਖੁਦ ਮਲਵਸ ਔਰ ਮੁਜਰਮ ਕਰਾਰ ਦੇ ਦਿੱਤਾ ਗਿਆ। 10 ਮੁਕਦਮਾਤ ਦੇ ਵਿੱਚ 4 ਮੁਕਦਮਾਤ ਦੇ ਵਿੱਚ ਉਹਨੂੰ ਕੱਢ ਦਿੱਤਾ ਗਿਆ। 10 ਮੁਕਦਮਾਤ ਜਿਹੜੇ ਨੇ ਉਹਨਾਂ ਦੇ ਵਿੱਚ ਉਹ ਸਿੱਧਾ-ਸਿੱਧਾ ਖੁਦ ਉਹ ਸ਼ਾਮਲ ਸੀ ਵਿੱਚ ਉਹਦੇ ਚ ਤੁਸੀਂ ਕਹਿ ਸਕਦੇ ਹੋ ਕਿ ਇੱਕ ਮਰਕਜ਼ੀ ਮੁਕਦਮਾ ਉਹਦਾ ਨੰਬਰ ਹੈ 96/73 ਉਹਦਾ ਜਿਹੜਾ ਚਲਾਨ ਇਹਨਾਂ ਸਿਰਫ ਉਹ 2000 ਸਫਿਆਂ ਦੇ ਉੱਤੇ ਮੁਸ਼ਤਮਲ ਹੈ ਇਹ ਜਿਹੜੇ 10 ਮੁਕਦਮੇ ਨੇ ਨਾ ਜਿਨ੍ਹਾਂ ਦੇ ਵਿੱਚ ਇਹ ਮਰਕਜ਼ੀ ਮੁਜਰਮਕਰਾਰ ਦੇ ਦਿੱਤਾ ਗਿਆ ਜੀਆਈਟੀ ਤਰਫੋਂ ਮੁਲਜ਼ਮ ਨਹੀਂ ਮੁਜਰਮ ਉਹਦੇ ਵਿੱਚ ਜਿਹੜਾ ਇਹਨਾਂ 10 ਮੁਕਦਮਿਆਂ ਦੇ ਵਿੱਚ ਵੀ ਇੱਕ ਮਰਕਜ਼ੀ ਮੁਕਦਮਾ ਹੈ ਜਿਹਨੂੰ ਤੁਸੀਂ ਪੂਰਾ ਕਿੰਨੇ ਲੋਕ ਪੂਰਾ ਵਜ਼ਨ ਵਾਲਾ ਮਕਦਮਾ 96/23 ਉਹਦਾ ਨੰਬਰ ਹੈ ਔਰ ਉਹਦਾ ਚਲਾਨ ਜਿਹੜਾ ਉਹ 2000 ਸਫਿਆਂ ਤੇ ਮੁਸਤਮਿਲ ਇਸ ਮਕਦਮੇ ਦਾ ਠੀਕ ਹੋ ਗਿਆ ਔਰ ਇਹਦੇ ਵਿੱਚ ਇਹਦੇ ਟੈਕਸ ਮੈਸੇਜ ਜਿਹੜੇ مختلف ਲੀਡਰਾਂ ਨੂੰ ਗਏ ਨੇ ਪਾਰਟੀ ਲੀਡਰਾਂ ਨੂੰ 9 ਮਈ ਤੋਂ ਪਿੱਛੇ ਤੁਸੀਂ ਜਾਓ ਨਾ 6-7 ਦਿਨ ਕਿਉਂਕਿ ਤਿਆਰੀ ਦੇ ਕਰਕੇ ਬੈਠੇ ਸੀ ਜੋ ਮੈਂ ਤੁਹਾਨੂੰ ਬੜੀ ਦੇਰ ਤੱਕ ਦੱਸ ਰਿਹਾ ਸੀ ਪਖਤੂਨ ਹਾਲਿਆਂ ਨੂੰ ਕਿਹੜੇ ਮੈਸੇਜ ਗਏ ਨੇ WhatsApp ਕਰ ਲੰਗੀਆਂ ਨੇ ਔਰ ਵਾਇਸ ਮੈਸੇਜ ਗਏ ਨੇ Imran Khan Saab ਦੇ ਉਹ ਸਾਰਾ ਪਲੰਦਾ ਇਸ ਮਰਕਜ਼ੀ ਮੁਕਦਮੇ 'ਚ ਪੰਜਾਬ ਦੀ ਲੀਡਰਸ਼ਿਪ ਨੂੰ ਕੀ ਇਹਦੇ ਮੈਸੇਜ ਗਏ ਨੇ ਰਿਕਾਰਡਿੰਗ ਗਈ ਹੈ ਸਾਰਾ ਕੁਝ ਗਿਆ ਬਤੂ ਕਿਥੇ ਕਿਥੇ ਕਿੰਨੇ ਕਿੰਨੇ ਬੰਦੇ ਲਾ ਕੇ ਕਿਹੜੀ ਕਿਹੜੀ ਜਗ੍ਹਾ ਤੇ ਹਮਲਾ ਕਰਨਾ ਉਹ ਸਾਰੇ ਪਲੰਦੇ ਮੌਜੂਦ ਨੇ ਔਰ ਉਸ ਤੋਂ ਬਾਅਦ ਉਹ ਇਹਦੇ ਜਿਹੜੇ WhatsApp ਸੀ ਉਹ ਗਰੁੱਪਾਂ ਦੇ ਵਿੱਚ ਪਾਏ ਗਏ ਇਹਦੀ ਰਿਕਾਰਡਿੰਗ ਜਿਹੜੀ ਸੀ ਵਾਇਸ ਰਿਕਾਰਡਿੰਗ ਉਹ ਗਰੁੱਪਾਂ ਦੇ ਸਾਰੇ ਪਲੰਦੇ ਮੌਜੂਦ ਨੇ ਔਰ ਉਸ ਤੋਂ ਬਾਅਦ ਇੱਕ ਹਫਤਾ ਪਹਿਲੇ ਪੂਰਾ ਜਿਹੜਾ ਜ਼ਮਾਨਪਰਤ ਦੇ ਵਿੱਚ ਬਜੋੜ ਤੋਂ ਔਰ ਅਫਗਾਨੀ ਕਲੋਨੀਆਂ ਜਿਹੜੀਆਂ ਪਸ਼ਾਵਰ ਵਾਲੀ ਸਾਈਡ ਤੇ ਬਸਤੀਆਂ ਉੱਥੋਂ ਜਿਹੜੇ ਲੋਕ ਬੁਲਾਏ ਜਾਂਦੇ ਸੀ ਟੋਲਿਆਂ ਦੇ ਵਿੱਚ ਉਹਨਾਂ ਨੂੰ ਰਾਤ ਗਏ ਜਿਹੜਾ ਇਹ ਖਿਤਾਬ ਕਰਦਾ ਸੀ ਕਿ ਤੁਸੀਂ ਇੰਜ ਕਰਨਾ ਤੁਹਾਡੇ ਕੋਲ ਇਹ ਚੀਜ਼ਾਂ ਮੌਜੂਦ ਨੇ ਫਲਾ ਫਲਾ ਫਲਾਨੀ ਟੋਲੀ ਇਧਰ ਜਾਏਗੀ ਫਲਾਨੀ ਇਧਰ ਜਾਏਗੀ ਇਹ ਤੁਸੀਂ ਇਹ ਤੁਹਾਨੂੰ ਡਾਇਰੈਕਸ਼ਨ ਦੇਣਗੇ ਇਹ ਅੰਜ ਕਰਨ ਦੇ ਇਹ ਉਹ ਸਾਰੀਆਂ ਵੀਡੀਓ ਆਡੀਓ ਮੈਸੇਜ ਹਰ ਚੀਜ਼ ਜਿਹੜੀ ਉਹ ਇਸ ਮਰਕਜ਼ੀ ਜਿਹੜਾ ਮੁਕਦਮਾ 96/23 ਉਹਦੇ ਵਿੱਚ 2000 ਸਫਾਦ ਦੇ ਸਬੂਤ ਨੇ ਪ੍ਰਿੰਟ ਆਊਟ ਨੇ ਇਹਦੇ ਮੈਸੇਜਾਂ ਦੇ ਜਿਹੜੇ ਨੇ ਲੋਕਾਂ ਨੂੰ ਕੀਤੇ ਨੇ ਠੀਕ ਹੋ ਗਿਆ ਔਰ ਉਹਦੇ ਵਿੱਚ ਇਹ ਵੀ ਕਿ ਜ਼ਮਾਨ پارک ਦੇ ਵਿੱਚ ਜਿਹੜੀਆਂ ਡਿਊਟੀਆਂ ਲਾਈਆਂ ਗਈਆਂ ਸੀ ਉਹ ਵੀ ਸਾਰੇ ਸਬੂਤ ਮੌਜੂਦ ਨੇ ਔਰ ਜਿਹੜੇ ਮੁਲਜ਼ਮਾਨ ਇਸ ਵਕਤ ਗ੍ਰਿਫਤਾਰ ਨੇ ਨੌ ਮਈ ਦੇ ਹਵਾਲੇ ਦੇ ਨਾਲ ਉਹਨਾਂ ਦੇ ਇਕਬਾਲੀ ਬਿਆਨ ਵੀ ਇਸ ਮਰਕਜ਼ੀ ਮੁਕਦਮੇ ਦੇ ਵਿੱਚ ਨੇ ਜਿਹੜਾ 2000 ਸਫਾ ਦੇ ਉੱਤੇ ਬੁਸ਼ਤ ਮੇਲੇ 96/3 ਠੀਕ ਨਾ ਜੀ ਜਿਹੜੇ ਅੰਦਰ ਗ੍ਰਿਫਤਾਰ ਲੋਕ ਨੇ ਜਿਨ੍ਹਾਂ ਨੇ ਮਾਰ-ਦਾੜ ਕੀਤੀ ਸੀ ਜਿਨ੍ਹਾਂ ਦੇ ਮੋਬਾਈਲਾਂ ਦੇ ਵਿੱਚ ਸਬੂਤ ਨੇ ਕਿ ਇਹ ਖਾਨ ਸਾਹਿਬ ਨੇ ਸਾਨੂੰ ਇਹ ਕਿਹਾ ਮੈਨੂੰ ਇਹ ਕਿਹਾ ਇਹ ਉਹਨਾਂ ਦੀ ਵੀਡੀਓ ਹੈ ਇੱਥੇ ਉਹਨਾਂ ਨੇ ਇਹ ਸਾਨੂੰ ਡਾਇਰੈਕਸ਼ਨ ਦਿੱਤੀ ਸੀ ਇਹ ਮੈਸੇਜ ਹੈ ਇਹ WhatsApp 'ਤੇ ਇਹ ਗਰੁੱਪ ਦਾ ਸਾਰੀ ਚੈਟ ਹੈ ਇੰਜ ਇੰਜ ਕਰਕੇ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਇੱਥੇ ਮਾਰ ਤਾੜ ਕਰਨੀ ਹੈ ਜਿਹੜੇ ਗ੍ਰਿਫਤਾਰ ਲੋਗ ਨੇ ਉਹ ਮਤਲਬ ਸੁਲਤਾਨੀ ਗਵਾਹ ਜਿਹੜੇ ਨੇ ਉਹਨਾਂ ਦਾ ਸਾਰਾ ਸਬੂਤ ਵੀ ਇਸ ਮੁਕੱਦਮੇ ਦੇ ਵਿੱਚ ਮੌਜੂਦ ਹੈ ਤੇ 10 ਮੁਕੱਦਮੇ ਜਿਹੜੇ ਨੇ ਉਹਨਾਂ ਦੇ ਵਿੱਚ ਨਿਆਜ਼ੀ ਨੂੰ ਮੁਜਰਮ ਕਰਾਰ ਦੇ ਦਿੱਤਾ ਗਿਆ ਮੁਜਰਮ ਮੁਲਜ਼ਮ ਨਹੀਂ ਮੁਜਰਮ ਕਰਾਰ ਦੇ ਦਿੱਤਾ ਗਿਆ ਠੀਕ ਹੋ ਗਿਆ ਨਾ ਜੀ ਇਹ ਤੇ ਹੋ ਗਿਆ ਫੌਜ ਤੇ ਹਮਲਿਆਂ ਦਾ ਜਰਾ ਸਾਖਤਾ ਵੀ ਹੁਣ ਸ਼ੁਰੂਆਤ ਜਿਹੜੀ ਹੈ ਉਸ ਪਾਸੇ ਅਸੀਂ ਟੁਰ ਪਏ ਅੱਗੇ ਆ ਜੋ ਸ਼ੇਖ ਰਸ਼ੀਦ ਨਿਆਜ਼ੀ ਔਰ ਪੀਰਨੀ ਦੇ ਖਿਲਾਫ ਵਾਧਾ ਮਾਫ ਗੁਆ ਤੁਹਾਨੂੰ ਯਾਦ ਹੋਣਾ ਚਾਹੀਦਾ ਅਲਕਾਦਰ ਟਰਸਟ ਕੇਸ 60 ਅਰਬ ਰੁਪਏ ਮਲਕ ਰਿਆਜ਼ਲ ਕਬੀਨਾ ਦੇ ਵਿੱਚ ਉਹਦੀ ਮਨਜ਼ੂਰੀ ਲਈ ਗਈ ਬਗੈਰ ਉਹ ਖੋਲਣ ਤੋਂ ਹੀ ਸਾਰਾ ਸਾਖਤਾ ਚਾਟ ਮੰਗਣੀ ਪਟਵਿਆ ਕੀਤਾ ਤੇ ਜ਼ਹਰੀ ਗੱਲ ਸ਼ੇਖ ਰਸ਼ੀਦ ਜਿਹੜਾ ਇਹ ਵੀ ਕਬੀਨਾ ਦਾ ਰੁਕਣ ਸੀ ਔਰ ਵਜ਼ੀਰ ਦਾਖਲਾਸ ਇਨੂੰ ਜਨਾਬ ਉਥੇ ਇਹਨੂੰ ਵੀ ਐਫਆਈਏ ਨੇ ਖਤ ਕਰ ਲਿਆ ਔਰ ਨੈਬ ਨੇ ਵੀ ਖਤ ਕਰ ਲੇ ਕਿ ਸਰਕਾਰ ਐ ਅਲਕਾਦਰ ٹرسٹ ਕੇਸ ਦੇ ਵਿੱਚ ਤੁਸੀਂ ਮਨਜ਼ੂਰੀ ਦਿੱਤੀ ਹੈ ਤੇ ਜ਼ਰਾ ਆ ਜਾਓ ਹਾਂ ਪੇਸ਼ ਹੋ ਜਾਓ ਇਨ ਨੇ ਫਿਰ ਖਤ ਬਾਹਰੋਂ ਲਿਖ ਕੇ ਕੱਢ ਮਾਰਿਆ ذری ਗੱਲ ਵਕੀਲ ਦੇ ਥਰੂ ਹੀ ਕਿ بھائی جی ਮੇਰਾ ਕੋਈ ਤਲਕ ਵਾਸਤਾ ਨਹੀਂ ਇਸ ਕੇਸ ਦੇ ਨਾਲ ਏ ਪੀਰਨੀ ਔਰ ਨਿਆਜ਼ੀ ਔਰ ਸ਼ਹਾਜ਼ਾਦ ਅਕਬਰ ਜਿਹੜੇ ਨੇ ਉਹ ਤਰੇਵੇ ਲੋਗ ਇਹਦੇ ਵਿੱਚ ਮਲਬਸ ਨੇ ਪੀਰਨੀ ਜਿਹੜੀ ਆ ਉਹ ਮਰਕਜ਼ੀ ਮੁਜਰਮ ਹੈ ਮੇਰੇ ਕੋਲ ਤੁਸੀਂ ਹਲਫ ਉਠਾ ਲਓ ਇਹ ਸ਼ੇਖ ਰਸ਼ੀਦ ਕਹਿ ਰਿਹਾ ਔਰ ਨਿਆਜ਼ੀ ਜਿਹੜਾ ਉਹ ਮਰਕਜ਼ੀ ਮੁਜਰਮ ਹੈ ਔਰ ਇਹ ਇਹਨਾਂ ਦਾ ਜਿਹੜਾ ਮੋਹਰਾ ਸੀ ਉਹ ਸ਼ਹਾਜ਼ਾਦ ਅਕਬਰ ਹੈ ਇਹਨਾਂ ਤਿੰਨਾਂ ਨੇ ਮਿਲ ਕੇ ਰਿਆਸਤੇ ਪਾਕਿਸਤਾਨ ਨੂੰ ਵੀ ਲੁੱਟਿਆ ਇਹ 60 ਅਰਬ ਦੇ ਕੇਸ 'ਚ ਤੇ ਮਲਕ ਰਿਆਜ਼ ਨੂੰ ਵੀ ਲੁੱਟਿਆ ਇਹ ਸ਼ੇਖ ਰਸ਼ੀਦ ਕਹਿ ਰਿਹਾ ਅਥਾਰਟੀਆਂ ਨੂੰ ਜਿਨ੍ਹਾਂ ਨੇ ਉਹਨੂੰ ਬੁਲਾਇਆ ਗਵਾਹੀ ਆਸਤੇ ਜਾਂ ਪੇਸ਼ੀ ਆਸਤੇ ਕਿ ਆਂ ਵੀ ਦਸ ਤੂੰ ਕਬੀਨਾ ਦਾ ਰੁਕਨ ਸੈਂ ਤੇ ਸ਼ੇਖ ਰਸ਼ੀਦ ਸਾਹਿਬ ਫਰਮਾਉਂਦੇ ਨੇ ਕਿ ਪੀਰਨੀ ਨਿਆਜ਼ੀ ਔਰ ਸ਼ਹਾਦ ਅਕਬਰ ਇਹ ਤਰਾ ਇਹ ਮੁਜਰਮ ਨੇ ਇਸ ਕੇਸ ਤੇ ਕਬੀਨਾ ਦਾ ਕੋਈ ਹੋਰ ਰੁਕਣ ਉਹਦਾ ਤਲਕ ਵਾਸਤੇ ਹੀ ਨਹੀਂ ਤੇ ਮੈਂ ਗਵਾਹੀ ਦੇਣ ਨੂੰ ਤਿਆਰ ਹਾਂ ਮੈਨੂੰ ਜਿੱਥੇ ਮਰਜ਼ੀ ਲੈ ਜਾਓ ਮੈਂ ਤੁਹਾਨੂੰ ਦੱਸ ਸਕਣਾ ਕਿ ਇਹ ਤਰਾ ਮੁਜਰਮ ਨੇ ਜਿੰਨਾ 60 ਅਰਬ ਰੁਪਈਆ ਖਾਦਾ ਰਿਆਸਤੇ ਪਾਕਿਸਤਾਨ ਦਾ ਔਰ ਉਹਦੇ ਬਦਲੇ ਮਲਕ ਰਿਆਜ਼ ਕੋਣੋ ਇਹਨਾਂ ਨੇ ਪਲਾਟ ਲੈ ਅਲ ਕਾਦਰ ਟਰਸਟ ਬਣਵਾਇਆ ਅਰਬਾਂ ਰੁਪਏ ਕੈਸ਼ ਲਈ ਹੀਰੇ ਜਵਾਰਾਤ ਲੈ ਗੱਡੀਆਂ ਲਈਆਂ ਰੋਲਜ਼ ਰਾਇਸਾਂ ਲਈਆਂ ਪੀਰਨੀ ਨੇ ਆਪਣੇ ਮੁੰਡਿਆਂ ਆਸਤੇ ਲੈਂਡ ਕਰੋਜ਼ਰਾਂ ਲਈਆਂ ਕੋਠੀਆਂ ਲਈਆਂ ਜ਼ਮੀਨਾਂ ਲਈਆਂ ਉਹ 60 ਅਰਬ ਰੁਪਏ ਦੇ ਚੱਕਰ ਦੇ ਵਿੱਚ ਤੇ ਸ਼ੇਖ ਰਸ਼ੀਦ ਜਿਹੜਾ ਉਹਨੇ ਨਿਆਜ਼ੀ ਔਰ ਪੀਰਨੀ ਦੇ ਖਿਲਾਫ ਇਹ ਇਹ ਤੁਸੀਂ ਕਹਿ ਲਓ ਕਿ ਗਵਾਹੀ ਦੇ ਦਿੱਤੀ ਹੈ ਨਾਲ ਉਹਨੇ ਕਿਹਾ ਕਿ ਮੈਂ ਹਾਜ਼ਰ ਹਾਂ ਕਿਸੇ ਟਾਈਮ ਵੀ ਤੁਸੀਂ ਮੈਨੂੰ ਇਹ ਗਵਾਹੀ ਲੈ ਸਕਦੇ ਹੋ ਮੈਂ ਗਵਾਹ ਦੇ ਤੌਰ ਤੇ ਪੇਸ਼ ਹੋ ਸਕਣਾ ਕਿ ਇਹ ਤਰਾਇ ਮੁਜਰਮ ਜੇ ਇੰਨੇ ਸਾਰਾ ਕੁਝ ਖਿਲਵਾੜ ਪਾਕਿਸਤਾਨ ਦੇ ਨਾਲ ਕੀਤਾ ਠੀਕ ਹੋ ਗਿਆ ਅੱਗੇ ਆ ਜਾਓ ਜੀ ਉਸਮਾਨ ਧਾਰ ਦਾ ਭਾਈ ਹੈ ਅਲੀ ਧਾਰ ਤੁਹਾਨੂੰ ਪਤਾ ਹੈ ਕਿ ਉਸਮਾਨ ਧਾਰ ਜਿਹੜਾ ਉਹ ਚੱਕਿਆ ਗਿਆ ਤਰਾ ਚਾਰ ਦਿਨ ਪਹਿਲਾਂ ਕਰਾਚੀ ਦੇ ਇਕ ਤਹਿ ਖਾਨੇ ਦੇ ਵਿੱਚੋਂ ਜਿੱਥੇ ਮਨਸ਼ਾਦ ਦਾ ਧੰਦਾ ਹੁੰਦਾ ਸੀ ਉਹ ਪੀਰਨੀ ਦੇ ਕਜ਼ਨ ਦਾ ਉਹ ਅੱਡਾ ਸੀ ਔਰ ਅਫਗਾਨੀਆਂ ਦੇ ਨਾਲ ਮਿਲ ਕੇ ਉੱਥੇ ਸਮਗਲਿੰਗ ਹੋ ਰਹੀ ਸੀ ਹਰ ਚੀਜ਼ ਉੱਥੋਂ ਮਨਸ਼ੀਆਤ ਤੇ ਸਾਰਾ ਚੀਨੀ ਡਾਲਰ ਈਵੋ ਉੱਥੇ ਇਹ ਪੀਰਨੀ ਨੇ ਇਹਨੂੰ ਛਪਾਇਆ ਸੀ ਉਸ ਗੋਦਾਮ ਦੇ ਵਿੱਚ ਉਸ ਤਹਿਖਾਨੇ ਦੇ ਵਿੱਚ ਤੇ ਉੱਥੋਂ ਇਹ ਫੜਿਆ ਜਾਂਦਾ ਤੇ ਉਸਮਾਨ ਧਾਰ ਦਾ ਜਿਹੜਾ ਭਰਾ ਹੈ ਅਲੀ ਧਾਰ ਇਹ ਇਹਨੇ ਇਲਜ਼ਾਮ ਲਾ ਦਿੱਤਾ ਪੀਰਨੀ ਤੇ ਕਿ ਪੀਰਨੀ ਨੇ ਮੇਰੇ ਭਰਾ ਨੂੰ ਛਪਾਇਆ ਹੈ ਤੇ ਇਹਦੇ ਬਦਲੇ ਉਹਨੇ 2 ਅਰਬ ਰੁਪਈਆ ਲਿਆ ਏਜੰਸੀਆਂ ਕੋਲ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਸੱਤ ਤੱਕ ਗੱਲ ਵਧ ਗਈ ਪੀਰਨੀ ਨੇ ਉਹਨੂੰ 2 ਮਹੀਨੇ 3 ਮਹੀਨੇ ਛਪਾਈ ਰੱਖਿਆ ਉੱਥੇ ਉਹਦਾ ਪ੍ਰਾਂਦ ਹੈ ਮੇਰਾ ਸ਼ੱਕ ਪੀਰਨੀ ਤੇ ਆ ਪੀਰਨੀ ਨੇ ਏਜੰਸੀਆਂ ਕੋਲ ਪੈਸੇ ਲੈ ਕੇ ਤੇ ਮੇਰੇ ਭਰਾ ਨੂੰ ਗ੍ਰਿਫਤਾਰ ਕਰਵਾ ਦਿੱਤਾ ਮਤਲਬ ਤੁਸੀਂ ਜਿਹੜਾ ਸਨਾਰੀਓ ਚੈੱਕ ਕਰੋ ਕਿ ਕਿਸ ਤਰ੍ਹਾਂ ਇਹ ਹੁਣ ਆਪਸ ਦੇ ਵਿੱਚ ਲਿਤਰੋ ਲਿਤਰੀ ਹੋਏ ਨੇ ਉਸਮਾਨ ਧਾਰ ਫੜਿਆ ਗਿਆ ਅਲੀ ਧਾਰ ਕਹਿੰਦਾ ਕਿ ਪੀਰਨੀ ਨੇ ਫਤੋਆ ਪੈਸੇ ਲੈ ਕੇ ਏਜੰਸੀਆਂ ਤੋਂ ਇਹ ਇਹ ਔਰਤ ਜਿਹੜੀ ਇਹ ਠੀਕ ਨਹੀਂ ਇਹ ਦੋ ਨੰਬਰ ਇਹ ਮੁਲਕ ਦੁਸ਼ਮਣੇ ਮੇਰੇ ਭਰਾ ਤੇ ਬੜਾ ਸ਼ਰੀਫ ਆਦਮੀ ਸੀ ਉਹਨੂੰ ਇਹਨਾਂ ਨੇ ਖਰਾਬ ਖਰੂਬ ਕਰਕੇ ਤੇ ਏ ਏ ਇਸ ਪਾਸੇ ਲਾ ਕੇ ਤੇ ਉਹਨੂੰ ਵੀ ਜਿਹੜਾ ਨਾ ਇਹ ਪੀਰਨੀ ਨੇ ਫਦਾਇਆ ਪੈਸੇ ਲੈ ਕੇ ਤਾਂ ਕਿ ਪੀਰਨੀ ਕਹਿੰਦੀ ਹੈ ਕਿ ਮੇਰੇ ਆਪਣੇ ਕੇਸ ਤੁਸੀਂ ਖਤਮ ਕਰੋ ਤੇ ਮੈਂ ਤੁਹਾਨੂੰ ਬੰਦੇ ਫਦਾਣੀ ਆ ਤੇ ਇਹਨਾਂ ਇਲਜ਼ਾਮ ਦੀ ਇਲਾਜਤਾ ਵਾ 2 ਅਰਬ ਰੁਪਈਆ ਲੈ ਕੇ ਪੀਰਨੀ ਨੇ ਉਸਮਾਨਦਾਰ ਨੂੰ ਫਦਾਇਆ ਉਹਨੂੰ ਉਸਮਾਨਦਾਰ ਦਾ ਮੂੰਹ 2 ਅਰਬ ਰੁਪਈਆ ਵਾਲਾ ਉਹ ਤੇ ਮੇਰੇ ਖਿਆਲ ਨਾਲ 100 ਰੁਪਈਏ ਵਾਲਾ ਵੀ ਨਹੀਂ ਜੋ ਜਿੰਨਾ ਨਸ਼ਾ ਕਰਦਾ ਖਤਮ ਹੋ ਚੁੱਕਿਆ ਠੀਕ ਹੋ ਗਿਆ ਤੇ ਇਹ ਇਹਨਾਂ ਦੀ ਆਪਸ ਦੇ ਵਿੱਚ ਹੀ ਹੁਣ ਜੰਗ ਜਿਹੜੀ ਹੈ ਉਹ ਛਿੜ ਗਈ ਅੱਗੇ ਆਜੋ 875 ਸਮਗਲਰ ਗ੍ਰਿਫਤਾਰ ਇਸ ਤੋਂ ਪਹਿਲੀ ਵੀਡੀਓ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਡਾਲਰ ਮਾਫੀਆ ਦੇ ਖਿਲਾਫ ਪੂਰਾ ਆਪਰੇਸ਼ਨ 722 ਇਹ ਡਾਲਰ ਦੇ ਸਮਗਲਰ ਤੇ ਇਹ ਮਨੀ ਐਕਸਚेंजर ਤੇ ਪਤਾ ਨਹੀਂ ਕੀ ਕੀ ਫੜਿਆ ਜਾ ਚੁੱਕਿਆ ਠੀਕ ਹੋ ਗਿਆ ਨਾ ਸੀਲਾਂ ਹੋ ਗਈ ਦੁਕਾਨਾਂ ਸੀਲਾਂ ਕਰ ਦਿੱਤੀਆਂ ਏਜੰਸੀਆਂ ਸੀਲ ਸੀਲ ਕਰ ਦਿੱਤੀਆਂ ਖਤਮ ਕਰ ਦਿੱਤੀਆਂ ਮਲਿਆ ਮੇਡ ਕਰ ਦਿੱਤੀਆਂ ਇਹ ਹੁਣ 875 ਸਮਗਲਰ ਜਿਹੜਾ ਉਹ ਵੀ ਗ੍ਰਿਫਤਾਰ ਹੋਇਆ ਜਿਹਦੇ ਚ ਜ਼ਿਆਦਾਤਰ ਅਫਗਾਨੀ ਨੇ ਚੀਨੀ ਖਾਦ ਔਰ ਗੰਦਮ ਮੈਂ ਕਹਿ ਰਿਹਾ ਸੀ ਨਾ ਇਸ ਪਾਸੇ ਵੀ ਰੰਦਾ ਫਿਰਨੇ ਸੀਮੰਟ ਇਹ 875 ਸਮਗਲਰ ਜਿਹੜਾ ਨਾ ਇਹ ਸਾਰੀਆਂ ਚੀਜ਼ਾਂ ਚੀਨੀ ਖਾਦ ਗੰਧਮ ਸੀਮੰਟ ਇਹ ਤੋਂ ਸਮਗਲ ਕਰਕੇ ਅਫਗਾਨਿਸਤਾਨ ਲੈ ਕੇ ਜਾਂਦੇ ਸੀ ਇਹ 875 ਜਿਹੜਾ ਇਹ ਗ੍ਰਿਫਤਾਰ ਹੋ ਗਿਆ ਔਰ ਬੜਾ ਭਾਰੀ ਮਾਲ ਵੀ ਇਹਨਾਂ ਦੇ ਗੋਦਾਮਾਂ ਦੇ ਵਿੱਚੋਂ ਲੱਭਦਾ ਪਿਆ ਚੀਨੀ ਹੋ ਗਈ ਖਾਦ ਹੋ ਗਈ ਗੰਧਮ ਹੋ ਗਈ ਆਟਾ ਹੋ ਗਿਆ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ 875 ਸਮਗਲਰ ਜਿਹੜਾ ਉਹ ਸਾਡੇ ਮਿੱਠਿਆਂ ਨੇ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਮੈਂ ਸਲਾਮ ਪੇਸ਼ ਕਰਨਾ ਇਸੇ ਤਰ੍ਹਾਂ ਹੀ ਤੁਸੀਂ ਮਿਹਨਤ ਕਰਦੇ ਰਹੋ ਔਰ ਅੱਗੇ ਲੈ ਕੇ ਚੱਲਦੇ ਰਹੋ ਇਹ ਸਾਰੇ ਸਾਥਕਾਂ ਨੂੰ ਤੇ ਅੱਲਾਹ ਪਾਕ ਇਨਸ਼ਾਅੱਲਾ ਤਾਲਾ ਫਜ਼ਲੋ ਕਰਮ ਫਰਮਾਏਗਾ ਤੇ ਨਿਆਜ਼ੀ ਜਿਹੜਾ ਉਹ ਫੌਜ ਦੇ ਹਮਲਿਆਂ ਦੇ 10 ਕੇਸਾਂ ਦੇ ਵਿੱਚ ਮੁਜਰਮ ਕਰਾਰ ਬਹੁਤ ਸ਼ੁਕਰੀਆ